ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤਵਲੀਨ ਕੌਰ ਅਤੇ ਤੁਸੀਂ ਵੇਖ ਰਹੇ ਹੋ ਦਾ ਸਟਰੇਟ ਲਾਈਨ ਨਿਊਜ਼। ਬ੍ਰੇਕਿੰਗ ਨਿਊਜ਼ ਆ ਰਹੀ ਹੈ, ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਇੱਕ, ਅਤੇ ਮੇਰਾ ਵੀ ਫਰਜ਼ ਬਣਦਾ ਇੰਨੀ ਵੱਡੀ ਖਬਰ ਹੈ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ, ਅਤੇ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਦਾ। ਸਾਡੇ ਐਕਸ ਚੀਫ ਮਿਨਿਸਟਰ ਅਮਰ ਅਬਦੁੱਲੇ ਨੇ ਦਾੜੀ ਰੱਖ ਲਈ, ਦਾੜੀ ਤਾਂ ਰੱਖ ਲਈ, ਫੋਟੋ ਵਾਇਰਲ ਹੋ ਗਈ, ਫੋਟੋ ਵਾਇਰਲ ਹੋਈ, ਥੱਲੇ ਲੋਕਾਂ ਨੇ ਕਮੈਂਟ ਮਾਰ ਮਾਰ ਕੇ, ਮਤਲਬ ਕਮੈਂਟਾਂ 'ਚ ਹੀ ਨਾ ਉਹਦੀ ਸ਼ੇਪ ਕਰ ਦਿੱਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਵੱਡੇ ਵੱਡੇ ਮੁੱਦੇ ਪਏ ਹੋਏ ਨੇ ਜੰਮੂ 'ਚ, ਕਿਸੇ ਦੇ ਘਰ ਬਿਜਲੀ ਨਹੀਂ ਆ ਰਹੀ, ਕਿਸੇ ਦੇ ਘਰ ਪਾਣੀ ਨਹੀਂ ਆ ਰਿਹਾ, ਕਿਸੇ ਦਾ ਨੈੱਟ ਨਹੀਂ ਚੱਲ ਰਿਹਾ, ਪਰ ਲੋਕ ਇੰਨੇ ਵਿਹਲੇ ਨੇ। ਹੁਣ ਲੋਕ ਡਿਸਾਈਡ ਕਰਨਗੇ ਕਿੰਨੇ ਦਾੜੀ ਰੱਖੀ ਹੈ, ਲੋਕ ਕਿੰਨੇ ਦਾੜੀ ਰੱਖਣੀ ਹੈ, ਕਿੰਨੇ ਨਹੀਂ ਰੱਖਣੀ ਹੈ। ਮੇਰੇ ਮਹੱਲੇ 'ਚ ਆਓਗੇ ਨਾ ਤੁਸੀਂ, ਮੈਕਸੀਮਮ ਮੁੰਡਿਆਂ ਨੇ ਦਾੜੀਆਂ ਰੱਖੀਆਂ, ਪਰਮੇਸ਼ ਵਰਮਾ ਦੇ ਸਟਾਈਲ ਦੀਆਂ। ਹੁਣ ਉਹਨਾਂ ਨੂੰ ਵੀ ਕਹੋਗੇ ਕਿ ਦਾੜੀ ਕਿਉਂ ਰੱਖ ਲਈ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਦਾੜੀ ਪਰ ਲੋਕ ਦਾੜੀ ਪਰ ਆ ਕੇ ਕਿਉਂ ਅੜਕ ਗਏ। ਮੇਰੀ ਇੱਕ ਫਰੈਂਡ ਹੈ, ਉਹਨੇ ਵੀ ਕੱਲ੍ਹ ਕੀ ਕੀਤਾ, ਇਸ ਤਰ੍ਹਾਂ ਹਫ਼ਤਾ ਹੋ ਗਿਆ ਉਹਨਾਂ ਦੇ ਘਰ ਨਾ ਬਿਜਲੀ ਨਹੀਂ ਆ ਰਹੀ ਹੈ, ਉਹਦਾ ਉਹਨੂੰ ਪਤਾ ਨਹੀਂ, ਲੇਕਿਨ ਉਹਨੇ ਥੱਲੇ ਕਮੈਂਟ ਕੀਤਾ ਉਮਰ ਅਬਦੁੱਲੇ ਦੀ ਫੋਟੋ ਥੱਲੇ ਕਿ ਦਾੜੀ ਪਰ ਕੋਈ ਕਮੈਂਟ ਕਰਤਾ। ਮੈਂ ਉਹਨੂੰ ਬੋਲਿਆ, ਮੈਂ ਕਿਹਾ ਯਾਰ ਉਹ ਟਵੀਟ ਕਰ, ਤੂੰ ਤੇਰੇ ਘਰ ਬਿਜਲੀ ਨਹੀਂ ਆ ਰਹੀ ਇੰਨੇ ਦਿਨ ਦੀ, ਉਹ ਪਾ ਟਵਿੱਟਰ 'ਤੇ, ਤੂੰ ਕੀ ਟਵੀਟ ਕਰੀ ਜਾ ਰਹੀ ਹੈ। ਕਹਿੰਦੀ ਮੇਰੇ ਕੋਲ ਮੇਰਾ ਨੈੱਟ ਨਹੀਂ ਚੱਲ ਰਿਹਾ। ਮੈਂ ਕਿਹਾ ਨੈੱਟ ਨਹੀਂ ਚੱਲ ਰਿਹਾ ਤੇਰਾ, ਤਾਂ ਇਹ ਟਵੀਟ ਕਰਨ ਵਾਸਤੇ ਤੇਰੇ ਕੋਲ ਨੈੱਟ ਕਿੱਥੋਂ ਆ ਗਿਆ, ਇਹ ਕਮੈਂਟ ਮਾਰਨ ਵਾਸਤੇ ਤੇਰੇ ਕੋਲ ਨੈੱਟ ਕਿੱਥੋਂ ਆ ਗਿਆ। ਮਤਲਬ ਦਾੜੀ ਪਰ ਤੁਸੀਂ ਰਾਜਨੀਤੀ ਕਰਨੀ ਹੈ ਅਤੇ ਤੁਹਾਡੇ ਵਾਈਫਾਈ ਤੁਸੀਂ ਕਿਤੇ ਵੀ ਚੁਰਾ ਸਕਦੇ ਹੋ, ਪਰ ਆਪਣੇ ਮੁੱਦੇ ਚੁੱਕਣੇ ਹੋਣ ਤਾਂ ਤੁਹਾਡੇ ਕੋਲ ਨਾ ਵਾਈਫਾਈ ਨਹੀਂ, ਫਿਰ ਤੁਹਾਡੇ ਨੈੱਟ ਮੁੱਕ ਜਾਂਦੇ। ਅਤੇ ਮੈਨੂੰ ਲੱਗਦਾ ਜਿਹੜੇ ਲੋਕ ਥੱਲੇ ਕਮੈਂਟ ਕਰ ਰਹੇ ਹੁੰਦੇ ਨਾ, ਜਿਹੜੇ ਦੇ ਪੜ੍ਹੇ ਲਿਖੇ, ਮਤਲਬ ਜਿਹੜੇ ਇੰਪਲੋਇਡ ਲੋਕ ਨੇ, ਉਹ ਤਾਂ ਠੀਕ ਠੀਕ ਕਮੈਂਟ ਕਰਦੇ, ਜਿਹੜੇ ਅਨਇੰਪਲੋਇਡ ਲੋਕ ਨੇ, ਇੱਕ ਤਾਂ ਅੰਗਰੇਜ਼ੀ ਵੀ ਇੰਨੇ ਸਟਾਈਲ ਦੀ ਲਿਖਦੇ, ਪਤਾ ਨਹੀਂ ਕਿੱਥੋਂ ਸਰਚ ਮਾਰ ਕੇ ਇਹਨਾਂ ਨੇ ਥੱਲੇ ਕਮੈਂਟਾਂ 'ਚ ਲਿਖੀ ਹੁੰਦੀ ਹੈ, ਖੁਦ ਵੀ ਮਤਲਬ ਨਹੀਂ ਪਤਾ ਹੁੰਦਾ ਇਹਨਾਂ ਨੂੰ। ਮੈਂ ਕਹਿੰਦੀ ਹਾਂ ਜਿਹੜੇ ਗਲਤ ਗੁਲਤ ਕਮੈਂਟ ਕਰਦੇ ਨਾ ਅਨਇੰਪਲੋਇਡ ਲੋਕ ਹੁੰਦੇ, ਮੈਂ ਤੁਹਾਨੂੰ ਕਹਿੰਦੀ ਹਾਂ ਕੋਈ ਨਾ ਬਿਜ਼ਨਸ ਸ਼ੁਰੂ ਕਰ ਦਿਉ, ਕੋਈ ਕਾਰੋਬਾਰ ਹੀ ਸ਼ੁਰੂ ਕਰ ਦਿਉ, ਕੋਈ ਕਮਾਈ ਕਰਨਾ ਸ਼ੁਰੂ ਕਰ ਦਿਉ। ਕਿਉਂ ਸਾਰਿਆਂ ਦਾ ਟਾਈਮ ਵੇਸਟ ਕਰ ਰਹੇ ਹੋ ਉੱਥੇ ਕਮੈਂਟ ਕਰਕੇ।